ਦਸ਼ਕੋ ਬ੍ਰੇਕਬਾਤ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਇਸ ਸੈਗਮੈਂਟ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਕੁਝ ਸਿਆਸੀ ਮੁੱਦੇ ਦੇਖੋ ਅੱਜ ਕੱਲ ਤਾਂ ਨਾ ਕੋਈ ਮੁੱਦਾ ਰਹਿ ਗਿਆ ਨਾ ਕੋਈ ਹੋਰ ਖਾਣ-ਪਾਣ ਦਾ ਸਮਾਨ ਰਹਿ ਗਿਆ ਇੱਕੋ ਹੀ ਚੀਜ਼ ਰਹਿ ਗਈ ਕੀ ਚੀਜ਼ ਆ ਯੋਗਾ ਯੋਗਾ ਜੀ ਔਰ ਜਿਸ ਤਰੀਕੇ ਨਾਲ ਵੈਸੇ ਕਮਾਲ ਹੈ ਤੁਹਾਨੂੰ ਕਈ ਵਾਰੀ ਦੁਸ਼ਮਨ ਦੀ ਵੀ ਤਾਰੀਫ ਕਰਨੀ ਬਣਦੀ ਹੈ ਜੀ ਜੀ ਕਿ ਜਿਵੇਂ ਉਹਨਾਂ ਨੇ ਆਪਣਾ ਘਟਿਆ ਸੌਦਾ ਉੱਤੇ ਚਾਂਦੀ ਦੇ ਵਰਕ ਲਾ ਕੇ ਵੇਚਿਆ ਔਰ ਸਾਰੀ ਦੁਨੀਆ ਚ ਇਹ ਨਹੀਂ ਕਿ ਇੱਕ ਹੱਟੀ ਤੇ ਵਿੱਚ ਹੈ ਹਰ ਹੱਟੀ ਦੇ ਬਾਹਰ ਉਹ ਚਾਂਦੀ ਦੇ ਵਰਕ ਜਿਹੜੇ ਨੇ ਉਹ ਲਾ ਕੇ ਜਿਹੜਾ ਉਹ ਮੁੱਸੇ ਹੋਏ ਆਪਣੇ ਜਿਹੜੇ ਬਿਲਕੁਲ ਬੂ ਮਾਰਦਾ ਸਟਫ ਹੈ ਉਸ ਨੂੰ ਤਰੋ ਤਾਜ਼ਾ ਜੀਵਨ ਬੂਟੀ ਬਣਾ ਕੇ ਵੇਚਿਆ ਹੁਣ ਇਹਦੇ ਤੋਂ ਹੀ ਹੈ ਐਵੇਂ ਨਹੀਂ 4000 ਸਾਲ ਝੂਠ ਵੇਚਿਆ ਉਹਨਾਂ ਨੇ ਜੀ ਔਰ ਈਵਨ ਮੈਂ ਪੀਟੀਆਈ ਦੀ ਨਿਊਜ਼ ਸਟੋਰੀ ਦੇਖ ਰਿਹਾ ਸੀ ਉਹਨੇ ਉਹਦੀ ਹੈਡਲਾਈਨ ਜਿਹੜੀ ਹੈ ਪਤਾ ਨਹੀਂ ਸ਼ਾਇਦ ਅਖਬਾਰ ਨੇ ਬਦਲੀ ਹੈ ਜਾਂ ਪੀਟੀਆਈ ਦੀ ਹੋਏਗੀ ਮਨ ਕੇ ਯੋਗਾ ਨੂੰ ਰਾਜ ਧਰਮ ਵਾਂਗ ਪਹਿਲੀ ਵਾਰ ਪੇਸ਼ ਕੀਤਾ ਗਿਆ ਪ੍ਰਧਾਨ ਮੰਤਰੀ ਸਮੇਤ ਸਾਰੀ ਸਰਕਾਰ ਯੋਗ ਨੂੰ ਰਾਜ ਧਰਮ ਦਾ ਦਰਜਾ ਦਿੰਦੀ ਨਜ਼ਰ ਆਈ ਹੁਣ ਕਹਿਣ ਨੂੰ ਤਾਂ ਭਾਰਤ ਜਿਹੜੇ ਸੰਵਿਧਾਨ ਦੇ ਮੁਤਾਬਕ ਇੱਕ ਸੈਕੂਲਰ ਸਟੇਟ ਹੈ ਜੀ ਪਰ ਇਹ ਬਿਲਕੁਲ ਠੀਕ ਕਿਉਂਕਿ ਕਈ ਵਾਰੀ ਇੱਕ ਅਦਾ ਫਿਕਰਾ ਸਾਰੀ ਈਵੈਂਟ ਦੀ ਜਸਟ ਨੂੰ ਫੜ ਲੈਂਦੇ ਕਿ ਹੁਣ ਕੋਈ ਕਹਿਣ ਦੀ ਲੋੜ ਹੀ ਨਹੀਂ ਰਹਿ ਗਈ ਕਿ ਭਾਰਤ ਦਾ ਰਾਜ ਧਰਮ ਕਿਹੜਾ ਹੁਣ ਰਾਜ ਧਰਮ ਦਾ ਯੂਜੂਲੀ ਸਾਊਦੀ ਅਰੇਬੀਆ ਇਸਲਾਮ ਦੇ ਹਵਾਲੇ ਨਾਲ ਹੈ ਜਾਂ ਪਾਕਿਸਤਾਨ ਇਸਲਾਮਿਕ ਸਟੇਟ ਹੈ ਹੁਣ ਇਹ ਜ਼ਾਹਰ ਹੈ ਕਿ ਭਾਰਤ ਨੇ ਇਵਨ ਆਪਣੇ ਕਨਸਟੀਟਿਊਸ਼ਨ ਨੂੰ ਦਫਨਾ ਕੇ ਜਿਹੜਾ ਉਹ Hindu ਧਰਮ ਡਿਕਲੇਅਰ ਕਰ ਦਿੱਤਾ ਔਰ ਕਿਉਂਕਿ ਯੋਗਾ ਦਾ ਮਤਲਬ ਹੀ Hindu ਧਰਮ ਦਾ ਬੋਲਬਾਲ ਹੈ ਔਰ ਜਿਸ ਤਰੀਕੇ ਨਾਲ ਇਸ ਨੂੰ ਦੁਨੀਆ ਦੇ ਮੱਥੇ ਦੇ ਉੱਤੇ ਮੜਿਆ ਗਿਆ ਜਿਹਨੂੰ ਇਹ ਕੋਇਟ ਸਿੰਘ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਕਿ ਜਿਵੇਂ ਕਸੋੜਿਆ ਗਿਆ ਹਰ ਇੱਕ ਦੇ ਮੂੰਹ ਦੇ ਰਾਈ ਜੀ ਉਹਦੇ ਚੀਵਨ ਯੂਐਨ ਵੀ ਸ਼ਾਮਲ ਹੈ ਹੁਣੇ ਮਨੀ ਸ਼ੰਕਰ ਆਯਰ ਜਿਹੜਾ ਕਾਲਮਿਨਿਸਟ ਹੈ ਉਹਨੇ ਕਿਹਾ ਕਿ ਵੀ ਸੁਸ਼ਮਾ ਸਵਰਾਜ ਜਿਹਦੇ ਮੱਥੇ ਤੇ ਇੰਨਾ ਵੱਡਾ ਟਿੱਕਾ ਹੁੰਦਾ ਜਿਸ ਤੋਂ ਵੱਡਾ ਉਹਦੇ ਤੇ ਉਹ ਸਲਰ ਲੱਗਿਆ ਕਿ ਕਿਵੇਂ ਲਲਤ ਮੋਦੀ ਦੇ ਨਾਲ ਜਿਹੜਾ ਹੈ ਉਹਦੇ ਉਹਨੂੰ 2 ਸਾਲ ਦਾ ਉਹ ਦਿਵਾਨ ਦੇ ਲਈ ਟਰੈਵਲ ਡਾਕੂਮੈਂਟ ਉਹਨੇ ਆਪਣਾ ਪੂਰਾ ਵਿਦੇਸ਼ ਮੰਤਰੀ ਹੋਣ ਦਾ ਜਿਹੜੀ ਹੈ ਮਿਸਯੂਜ਼ ਕੀਤਾ ਹੈ ਪਾਵਰ ਨੂੰ ਉਹ ਇੱਥੇ ਟਾਈਮ ਸਕੁਅਰ ਚ ਆ ਕੇ ਬੈਂਕੀ ਮੂਨ ਨੂੰ ਕੋਲ ਬਿਠਾ ਕੇ ਹਜ਼ਾਰਾਂ ਹੋਰ ਇਕੱਠੇ ਕਰਕੇ ਉਹ ਯੋਗਾ ਦਾ ਲੈਸਨ ਦੇ ਰਹੀ ਹੈ। ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਰਾਜਪਥ ਨੂੰ ਜਿਸ ਨੂੰ ਬਹੁਤਿਆਂ ਨੇ ਯੋਗਾ ਪਾਥੀ ਲਿਖਿਆ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਜੀ ਕਿ ਵੀ ਸਭ ਤੋਂ ਵੱਡਾ ਮਰਡਰਰ ਉਸ ਧਰਤੀ ਦਾ ਜਿਹਦੇ ਹੱਥ 2000 ਤੋਂ ਜ਼ਿਆਦਾ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ ਗੁਜਰਾਤ ਦੇ ਵਿੱਚ ਜਿਹਦੇ ਲਈ ਗਨਾ ਇੱਕ ਦਾ ਹਾਕੇ ਤੋਂ ਜ਼ਿਆਦਾ ਸਮਾਂ ਉਹਨੂੰ ਕਿਸੇ ਬਾਹਰੀ ਸਰਕਾਰ ਨੇ ਵੜਨ ਨਹੀਂ ਦਿੱਤਾ ਅੱਜ ਉਹ ਬੜਾ ਉਸ ਚੌਂਕੜੀ ਮਾਰ ਕੇ ਵਹਿ ਕੇ ਯੋਗਾ ਪੋਸਚਰ ਚੋਰ ਇਵੇਂ ਧਿਆਨ ਉਹਨੇ ਕਰਕੇ ਹਾਲਾਂਕਿ ਮੈਂ ਤਾਂ ਇਹਨੂੰ ਪੀਟੀ ਕਹਿੰਨਾ ਹੈ ਪੀਟੀ ਮਾਸਟਰ ਜੀ ਨਹੀਂ ਵੀ ਹੁੰਦਾ ਇਹ ਸੀ ਕਿ ਵੀ ਉਹ ਪੀਟੀ ਮਾਸਟਰ ਸਭ ਤੋਂ ਨਕਮੇ ਹੁੰਦੇ ਸੀ ਕਿਤੇ ਵੀ ਸਕੂਲਾਂ 'ਚ ਉਹਨਾਂ ਨੂੰ ਕਿਉਂਕਿ ਸਵੇਰ ਦਾ ਮਾਰਨਿੰਗ ਅਸੈਂਬਲੀ ਵੇਲੇ ਇੱਕ ਪੀਰੀਅਡ ਹੁੰਦਾ ਸੀ ਵਿਸਲ ਮਾਰੀ ਬਸ ਬਾਏ ਸਾਵਧਾਨ ਵਿਸ਼ਰਾਮ ਹੱਥ ਉੱਪਰ ਹੱਥ نیچے ਤੇ ਇਹਨਾਂ ਨੇ ਜਿਹੜੀ ਔਰ ਮੈਂ ਦੇਖ ਰਿਆ ਸੀ ਉਹਦੀ ਮਨੀ ਸ਼ੰਕਰ ਆਇਰ ਦਾ ਹੀ ਰਾਈਟਅਪ ਸੀ ਔਰ ਹੋਰ ਵੀ ਦੋ ਤਿੰਨ ਥਾਵਾਂ ਤੇ ਬੇਸ਼ੱਕ ਅਸੀਂ ਜਿਹੜਾ ਪਤਾਂਜਲੀ ਹੈ ਜਿਨੇ ਅਸ਼ਟਾਂਗ ਯੋਗਾ ਦਿੱਤਾ ਉਹ ਮਲਤਾਨ ਦੀ ਧਰਤੀ ਦਾ ਰਹਿਣ ਵਾਲਾ ਸੀ ਕਿਸੇ ਜ਼ਮਾਨੇ ਜਿਵੇਂ ਜਿਹੜੀ ਪਹਿਲੀ ਸਿਵਲਾਈਜ਼ੇਸ਼ਨ ਇੰਡਸ ਵੈਲੀ ਦੀ ਉਸ ਦੇ ਵੇਲੇ ਵੀ ਗੱਲ ਹੁੰਦੀ ਹੈ ਕਿ ਉਸ ਦਾ ਪਾਰਟ ਸੀ ਪਰ ਅੱਜ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਟਰਨਿੰਗ ਇਨ ਹਿਸ ਗ੍ਰੇਵ ਇਹ ਕਿ ਉਹ ਕਿਉਂਕਿ ਦਫਨਾਉਂਦੇ ਨੇ ਆਪਣੇ ਮਰਦਿਆਂ ਨੂੰ ਕਿ ਵੀ ਆਪਣੀ ਕਬਰ ਦੇ ਵਿੱਚ ਵੀ ਉਹ ਪੁੱਠਾ ਸਦਾ ਹੋ ਰਿਹਾ ਹੋਣ ਪਰ ਇਸ ਮਾਮਲੇ 'ਚ ਤਾਂ ਕਿਉਂਕਿ ਕਬਰ ਤਾਂ ਇਹ ਬਣਾਉਂਦੇ ਨਹੀਂ ਹੈ ਕਿ ਵੀ ਉਸ ਦੀ ਜਿੱਥੇ ਵੀ ਉਹ ਰੂਹ ਵੀ ਤੜਫਦੀ ਹੋਏਗੀ ਜਿਹੜੀ ਘੁੰਮਦੀ ਹੋਣੀ ਹੈ ਕੋਈ yogiyan ਦੀ ਰੂਹ ਤਾਂ ਐਵੇਂ ਹੀ ਹੁੰਦੀ ਹੈ ਉਹ ਇੱਕ ਮਿਕਤਾ ਤਾਂ ਨਹੀਂ ਹੁੰਦੀ ਜੀ ਕਿ ਵੀ ਮੈਂ ਤਾਂ ਜੋ ਸੋਚਿਆ ਸੀ ਕਿ ਨਹੀਂ ਇਹ ਇਹ ਪੀਟੀ ਮਾਸਟਰਾਂ ਨੇ ਇਹਨੂੰ ਕੀ ਬਣਾ ਦਿੱਤਾ ਇਹਨੂੰ ਬਿਜੇ ਤੁਸੀਂ ਕਿਉਂਕਿ ਇੱਕ ਜਿਹੜੀ ਅਸ਼ਟਾਂਗ ਯੋਗਾ ਦਾ ਵੀ ਪਾਰਟ ਹੈ ਇਹ ਇੱਕ ਸਪਿਰਚੁਅਲ ਡਿਸਪੀਸਪਲਨ ਦੇ ਨਾਲ ਬੇਸ਼ੱਕ ਹੈ ਕਿ yogiyan ਦਾ ਆਪਣਾ ਮਤ ਹੈ ਗੁਰਮਤ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਔਰ ਅਸੀਂ ਇਸ ਦੇ ਉੱਤੇ ਜਿਹੜਾ ਹੈ ਕਈ ਵਾਰ ਇਸ ਨੂੰ ਪੁਆਇੰਟ ਆਊਟ ਕੀਤਾ ਹੈ ਕਿ ਇਹ ਸਾਰਾ ਇੱਥੇ ਸਿੱਖਾਂ ਚ ਤਾਂ ਲਿਆ ਕੇ ਇਹਨੇ ਭਜਨ ਯੋਗੀ ਨੇ ਵਾੜਿਆ ਜੀ ਗੁੰਡਲਨੀ ਯੋਗਾ ਤੇ ਫਲਾਣਾ ਟਿਮਕਾ ਲੇਕਿਨ ਸਾਡੇ ਨਾਲ ਤਾਂ ਇਹਦਾ ਬਿਲਕੁਲ ਹੀ ਮੂਹ ਘੱਟ ਹੈ ਔਰ ਚਲੋ ਇੱਕ ਗੱਲ ਚੰਗੀ ਰਹੀ ਭਾਵੇਂ ਬਾਦਲ ਆਪਣੇ ਵੱਲੋਂ ਮੂੰਹ ਸਜਾ ਹੀ ਰਿਹਾ ਸੀ ਕਿ ਜੀ ਮੋਦੀ ਅਨੰਦਪੁਰ ਸਾਹਿਬ ਨਹੀਂ ਆਇਆ ਤੇ ਘੱਟੋ ਘੱਟ ਮੈਨੂੰ ਕੋ ਪਗਾਂ ਨੇ ਨਜ਼ਰ ਨਹੀਂ ਆਏ ਪੰਜਾਬ ਚ ਕੇ ਕੋਈ ਬਾਦਲ ਜਾਂ ਸੁਖਬੀਰ ਬਾਦਲ ਜਾਂ ਉਹ ਲੱਗਦਾ ਹੋਣਾ ਵੀ ਚੌਂਕੜੀ ਮਾਰੀ ਵੀ ਨਹੀਂ ਜਾਣੀ ਜੀ ਨਹੀਂ ਤਾਂ ਇਹਨਾਂ ਨੇ ਵੀ ਕਿ ਉਹ ਬਾਹਾਂ ਖੜੀਆਂ ਕਰਕੇ ਆਦਿਆਂ ਦੀਆਂ ਪੱਗਾਂ ਪੁੱਠੀਆਂ ਡਿੱਗੀਆਂ ਹੋਣੀਆਂ ਸੀ ਜਿਸ ਕਿਸਮ ਦੇ ਆਸਣਾ ਦੇ ਨਾਂ ਥੱਲੇ ਜੋ ਕੁਝ ਕਰਦੇ ਨੇ ਪਰ ਘੱਟੋ ਘੱਟ ਇਦਾਂ ਦਾ ਕੋ ਕੋਜਾ ਸੀਨ ਤਾਂ ਨਹੀਂ ਨਜ਼ਰ ਆਇਆ ਪਰ ਆਣ ਵਾਲੇ ਦਿਨਾਂ ਚ ਇਹਨਾਂ ਨੇ ਤਾਂ ਜੋ ਕੁਝ ਉਹਨਾਂ ਨੇ ਕਹਿਣਾ ਉਹਨਾਂ ਨੇ ਕਰਨਾ ਪਰ ਇੱਕ ਗੱਲ ਜ਼ਾਹਰ ਹੈ ਕਿ ਪਤੰਜਲੀ ਨੇ ਵੀ ਇਸ ਨੂੰ ਇੱਕ yogiyan ਦੀ ਇੱਕ ਇੰਟਰਨਲ ਪ੍ਰੈਕਟਿਸ ਦੇ ਤੌਰ ਤੇ ਕਿਉਂਕਿ ਰਹਿੰਦੇ ਸੀ ਉੱਥੇ ਹੈ ਤਾਂ ਮਕਸਦ yogiyan ਦਾ ਦੁਨੀਆ ਤੋਂ ਦੌੜ ਕੇ ਉਹ ਸੱਚ ਨੂੰ ਲੱਭਣਾ ਹੀ ਸੀ ਤੇ ਕੋਈ ਭਜਨ ਦੌੜਨ ਨੂੰ ਥਾਂ ਨਹੀਂ ਸੀ ਗੁਫਾਵਾਂ ਜਿਹੜੇ ਬੜੇ ਹੋਏ ਸੀ 19 ਥਾਂ ਬਾਹਰ ਜੰਗਲੀ ਜਾਨਵਰ ਸੀ ਉਹਦੇ ਚੀ ਲੱਤਾਂ ਉੱਤੇ ਥੱਲੇ ਕਰਕੇ ਬਲੱਡ ਸਰਕੂਲੇਸ਼ਨ ਨੂੰ ਕਾਇਮ ਰੱਖਦੇ ਸਨ ਜੀ ਲੇਕਿਨ ਜਿਸ ਤਰੀਕੇ ਨਾਲ ਇਹਨਾਂ ਨੇ ਇਹਨੂੰ ਐਜ਼ ਅ ਪੋਲਿਟਿਕਲ ਵੈਪਨ ਵੀ ਇਹਨਾਂ ਨੇ ਯੂਜ਼ ਕੀਤਾ ਹਿੰਦੂ ਧਰਮ ਨੂੰ ਰਾਜ ਧਰਮ ਬਣਾਉਣ ਦੇ ਲਈ ਵੀ ਇੱਕ ਸਟੈਪ ਫਾਰਵਰਡ ਲਿਆ ਔਰ ਜਿਸ ਤਰੀਕੇ ਨਾਲ ਪਹਿਲਾਂ ਤਾਂ ਆਇਆ ਜੀ ਗਿਨੀ ਬੁੱਕ ਆਫ ਰੈਕੋਰਡ ਚ ਹੁਣ ਮੋਦੀ ਦਾ ਨਾਮ ਆ ਗਿਆ ਪਹਿਲੀ ਵਾਰ 35000 ਬੰਦਾ ਯੋਗ ਪਾਥ ਦੇ ਉੱਤੇ ਔਰ ਦੁਨੀਆ ਦੇ 192 ਦੇਸ਼ਾਂ ਦੇ 251 ਸ਼ਹਿਰਾਂ ਚ ਜਿਹੜਾ ਉਹ ਯੋਗਾ ਹੋਇਆ ਸੀਐਚਨ ਗਲੇਸ਼ੀਅਰ ਤੇ ਵੀ ਹੋਇਆ ਸਮੁੰਦਰ ਦੇ ਵਿੱਚ ਜਹਾਜ਼ ਚ ਵੀ ਹੋਇਆ ਔਰ ਤੁਸੀਂ ਦੇਖੋ ਹੁਣ ਤੱਕ ਵੀ ਹੁਣ ਪਾਕਿਸਤਾਨ ਦੇ ਹਵਾਲੇ ਨਾਲ ਭਾਵੇਂ ਉੱਥੇ ਸਿਵਿਲিয়ান ਸੁਸਾਇਟੀ 'ਚ ਕੀ ਹੁੰਦਾ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਫੌਜ ਦੇ ਵਿੱਚ ਜਿਹੜੀ ਹੈ ਉਹਨਾਂ 'ਚ ਇੱਕ ਨੈਸ਼ਨਲਿਜ਼ਮ ਹੈ ਉੱਥੇ ਕੋਈ ਸੁੰਨੀ ਸ਼ੀਆ ਦਾ ਰੌਲਾ ਵੀ ਨਹੀਂ ਹੈ ਜੀ ਔਰ ਸਾਊਦੀ ਅਰੇਬੀਆ ਨੇ ਉਹਦੇ ਬਾਰੇ ਆਮ ਹੈ ਕਿ ਵੀ ਜਦੋਂ ਉਹਨਾਂ ਨੇ ਇੱਕ ਵਾਰੀ ਸ਼ਾਇਦ ਜ਼ਿਆਉਲ ਹੱਕ ਦੇ ਜ਼ਮਾਨੇ 'ਚ ਫੌਜ ਮੰਗੀ ਔਰ ਉਹਨਾਂ ਨੇ ਕਿਹਾ ਜੀ ਕਿਉਂਕਿ ਉਹ ਵਾਹABI ਸਟੇਟ ਹੈ ਕਿ ਜੀ ਤੁਸੀਂ ਸਿਰਫ ਸੁੰਨੀ ਭੇਜੋ ਉਹਨਾਂ ਨੇ ਕਿਹਾ ਜੀ ਨਹੀਂ ਸਾਡੀ ਫੌਜ ਇੱਕ ਇਸ ਮਾਮਲੇ ਦੇ ਵਿੱਚ ਨੈਸ਼ਨਲਿਸਟਿਕ ਫੋਰਸ ਹੈਗੀ ਹੈ ਅਸੀਂ ਇਹ ਬਿਲਕੁਲ ਨਹੀਂ ਕਰਾਂਗੇ ਨਈ ਸੀ ਭੇਜੀ ਉਹਨਾਂ ਪਰ ਅੱਜ ਤੁਸੀਂ ਇੰਡੀਅਨ ਆਰਮੀ ਦੀ ਗੱਲ ਦੇਖੋ ਜਿਹਦੇ ਵਿੱਚ ਸਿੱਖ ਨੇ ਮੁਸਲਮਾਨ ਨੇ ਉਹਦੇ ਵਿੱਚ ਕਦੇ ਜਨਰਲ ਕਰਿਆ ਆਪਾ ਔਰ ਦੂਸਰੇ ਕਿਸ ਲੈਵਲ ਦੇ ਐਸਐਫ ਜੇ ਜੇ ਮਾਨਕਸ਼ਾ ਪਾਰਸੀ ਸਿੱਖ ਜਨਰਲ ਪਿਛਲਾ ਵੀ ਰਹਿ ਹੁਣ ਵੀ ਉਹ ਹੋ ਕੇ ਹਟਿਆ ਉਹਨਾਂ ਸਾਰੀ ਉਸ ਆਈਵਨ ਆਰਮੀ ਦੀ ਵੀ ਜਿਹੜੀ ਸੈਕੂਲਰ ਟ੍ਰੈਡੀਸ਼ਨ ਹੈ ਸਿਵਿਲIAN ਲਾਈਫ ਉਹਨੂੰ ਵੀ ਖਤਮ ਕਰਕੇ ਫੌਜੀ ਮੁਖੀ ਜਿਹੜਾ ਦਰਬਾਖ ਸਿੰਘ ਸੁਹਾਗ ਆ ਉਹ ਵੀ ਯੋਗਾ ਕਰ ਰਿਹਾ ਆ ਕਿ ਜੀ 에ਅਰ ਫੋਰਸ ਦਾ ਮੁਖੀ ਵੀ ਨਾਲ ਯੋਗਾ ਕਰ ਰਿਹਾ ਹੈ ਨੀਵੀ ਵਾਲਾ ਵੀ ਕਰ ਰਿਹਾ ਹੁਣ ਇਹਦਾ ਮਤਲਬ ਇਹ ਹੈ ਕਿ ਫੌਜ ਵੀ ਜਿਹੜੀ ਹੈ ਉਹ ਹਿੰਦੂਆਇਜ਼ ਡਿਕਲੇਅਰ ਕਰ ਦਿੰਦੀ ਕਿ ਵੀ ਇਹ ਹੁਣ ਇਹੀ ਹੋਏਗੀ ਔਰ ਇਸ ਨੂੰ ਕਿਉਂਕਿ ਇਹ ਆਰਐਸਐਸ ਕੋਈ ਆਊਟ ਆਫ ਦਾ ਬਲੂ ਰਾਤੋ ਰਾਤ ਆਈ ਜਿੱਥੇ ਬੰਦੀ ਨਹੀਂ ਹੈ ਜੀ ਇਹਨਾਂ ਦੇ ਕੋਲ 90 ਸਾਲ ਦੀ ਹੈ ਔਰ ਇਹਨਾਂ ਨੇ ਆਪਣੀ ਪੂਰੀ ਤਿਆਰੀ ਕੀਤੀ ਹੁੰਦੀ ਹੈ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਉਹਨਾਂ ਦੇ 70-72 ਡਿਫਰੈਂਟ ਵਿੰਗ ਨੇ ਇੱਕ ਅੱਧੇ ਨੂੰ ਲੂਜ਼ ਛੱਡਿਆ ਹੁੰਦਾ ਕਿਨੇ ਕੀ ਬਿਆਨ ਦੇਣਾ ਜਿਵੇਂ ਉਹਨਾਂ ਦੇ ਜਿਹੜਾ ਉਸ ਮਾਧਵ ਨਾਇਰ ਨੇ ਬਿਆਨ ਪਹਿਲਾਂ ਦੇ ਦਿੱਤਾ ਉਹਨੂੰ ਹੁਣ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਹੁਣ ਪ੍ਰਨਾਮ ਮੁਖਰਜੀ ਬੇਸ਼ੱਕ ਕਾਂਗਰਸ ਦਾ ਹੀ ਬਣਾਇਆ ਹੋਇਆ ਹੈ ਬੰਗਾਲੀ ਬਾਬੂ ਲੇਕਨ ਉਹਨਾਂ ਨੂੰ ਸੂਟ ਕਰਦਾ ਹੈ ਉਹਨਾਂ ਨੂੰ ਪਤਾ ਹੈ ਕਿ ਵੀ ਉਹਦੇ ਆਵਾਜ਼ਪਾਈ ਨਾਲ ਵੀ ਚੰਗੇ ਸਬੰਧ ਸੀ ਦੂਜੇ ਵੀ ਜੀ ਹੁਣ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਹਮੇਦ ਅंसारी ਉਹ ਇੱਕ ਸਕਾਲਰਲੀ ਬੰਦਾ ਹੈ ਕਾਂਗਰਸ ਨਾਲ ਵੀ ਉਹਦਾ ਸਬੰਧ ਰਿਹਾ ਹੈ ਲੇਕਨ ਉਹ ਇੱਕ ਨਿਰਪੱਖ ਵਾਈਸ ਪ੍ਰੈਜ਼ੀਡੈਂਟ ਦਾ ਰੋਲ ਤਾਂ ਭਾਈ ਪ੍ਰੋਟੋਕੋਲ ਪ੍ਰੈਜ਼ੀਡੈਂਟ ਤੋਂ ਬਾਅਦ ਉਹ ਨੰਬਰ 2 ਹੁੰਦਾ ਹੈ ਫਿਰ ਪ੍ਰਾਈਮ ਮਿਨਿਸਟਰ ਹੁੰਦਾ ਹੈ ਪ੍ਰੋਟੋਕੋਲ ਚੁੱਥੋਂ ਦੇ ਔਰ ਇਹਨਾਂ ਨੇ ਲਗਾਤਾਰਤਾ ਨਾਲ ਪਿਛਲੇ 1 ਸਾਲ ਚ ਹਮੇਦ ਅंसारी ਨੂੰ ਟਾਰਗੇਟ ਕੀਤਾ ਹੈ ਕਿਉਂਕਿ ਮੁਸਲਮਾਨਾਂ ਨਾਲ ਪੋਲਰਾਈਜੇਸ਼ਨ ਕਰਨੀ ਹੈ ਜੀ ਪਹਿਲਾਂ ਉਹਨਾਂ ਨੇ 26 ਜਨਵਰੀ ਦੇ ਮੌਕੇ ਕੀਤਾ 26 ਜਨਵਰੀ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਦੇਖੋ ਉਹ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਜਿਹੜਾ ਪ੍ਰੈਜ਼ੀਡੈਂਟ ਦੇ ਨਾਲ ਉਹ ਦੂਜੇ ਸੀ ਔਰ ਉਹਨੇ ਨੈਸ਼ਨਲ ਫਲੈਗ ਨੂੰ ਸਲੂਟ ਹੀ ਨਹੀਂ ਦਿੱਤਾ ਹਾਲਾਂਕਿ ਹੁਣ ਪ੍ਰੋਟੋਕਾਲ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਹੀ ਸਲੂਟ ਲੈਂਦਾ ਉਸ ਦਾ ਹੋਰ ਨਹੀਂ ਹੁੰਦਾ ਇਵਨ ਜੇ ਦੂਸਰੇ ਨੇ ਉਹ ਵੀ ਉਸ ਨਾਲ ਨਹੀਂ ਹੁੰਦੇ ਲੇਕਿਨ ਉਸ ਨੂੰ ਬਦਨਾਮ ਕਰਨ ਲਈ ਪਹਿਲਾਂ ਇਹ ਦੱਸਣ ਦੇ ਲਈ ਕਿ ਮੁਸਲਮਾਨ ਹੈ ਇਹ ਤਾਂ ਇਸ ਝੰਡੇ ਨੂੰ ਵੀ ਨਹੀਂ ਮੰਨਦਾ ਜੀ ਹੁਣ ਜਿਹੜਾ ਉਹਨਾਂ ਦਾ ਮੋਸਟ ਇੰਪੋਰਟੈਂਟ ਜਨਰਲ ਸੈਕਟਰੀ ਰਾਮ ਮਾਧਵ ਉਹਨੇ ਸਟੇਟਮੈਂਟ ਦਿੱਤੀ ਉਹਨੇ ਉਹਨੇ ਕਿਹਾ ਕਿ ਜੀ ਇਹ ਜਿਹੜਾ ਹਾਮਿਦ ਅंसारी ਹੈ ਇਹ ਨੇ ਤਾਂ ਇਹ ਆਇਆ ਹੀ ਨਹੀਂ ਉਸ ਰਾਜਪਥ ਦੇ ਉੱਤੇ ਯੋਗਾ ਦੇ ਲਈ ਇਹ ਤਾਂ ਆਣਾ ਹੀ ਨਹੀਂ ਚਾਹੁੰਦਾ ਇਹਦਾ ਮਤਲਬ ਹੈ ਕਿ ਮੁਸਲਮਾਨ ਨਹੀਂ ਇਹ ਹੁਣ ਤਾਂ ਉਹਨਾਂ ਨੇ ਹੀ ਬਣਾਤਾ ਜੇ ਤੁਸੀਂ ਯੋਗਾ ਨਹੀਂ ਕਰਦੇ ਤੇ ਤੁਸੀਂ ਟ੍ਰੇਟਰ ਹੋ ਤੁਸੀਂ ਗਦਾਰ ਹੋ ਔਰ ਕਿਉਂਕਿ ਹੁਣ ਇਸਲਾਮ ਨਾ ਇਸਲਾਮ ਦੇ ਵਿੱਚ ਇਸਦੀ ਪਰਮਿਸ਼ਨ ਹੈ ਥਾ ਹੈ ਨਾ ਸਿੱਖੀ ਦੇ ਵਿੱਚ ਸਿੱਖੀ ਵਾਲਿਆਂ ਨੇ ਤਾਂ ਜਿਹੜਾ ਉਹ ਬਾਦਲ ਗਿਆ ਨੇ ਸੈਂਡਰ ਕੀਤਾ ਹੋਇਆ ਹੈ ਮੁਸਲਮਾਨਾਂ ਦੇ ਬੇਸ਼ੱਕ ਉਹਨਾਂ ਨੇ ਇਹ ਕਿ ਮੇਕ ਸ਼ੋਰ ਕੀਤਾ ਹੈ ਕਿ ਕੁਝ ਟੋਪੀਆਂ ਪਵਾ ਕੇ ਜਾਲੀ ਜੇ ਮੁਸਲਮਾਨ ਇਕੱਠੇ ਕਰਕੇ ਕਿ ਜੀ ਮੁਸਲਮਾਨ ਵੀ ਯੋਗਾ ਕਰ ਰਹੇ ਨੇ ਔਰ ਇਹ ਵੀ ਕਿਹਾ ਗਿਆ ਜੀ ਇਹ ਜਿਹੜਾ ਅਮਿਤ ਸ਼ਾਹ ਨੂੰ ਯੋਗਾ ਦਾ ਲੈਸਨ ਦੇਣਾ ਹੈ ਉੱਥੇ ਉਹ ਇੱਕ ਮੁਸਲਮਾਨ ਟੀਚਰ ਹੈ ਇਹ ਦੱਸਣ ਲਈ ਕਿ ਜੀ ਮੁਸਲਮਾਨ ਅਸੀਂ Hindu ਬਣਾ ਲੈ ਹੁਣੇ ਉੱਥੇ ਜਾ ਕੇ ਰੋਜ਼ੇ ਨਹੀਂ ਰੱਖਣ ਗਿਆ ਅੱਜ ਕੱਲ ਰੋਜ਼ੇ ਚੱਲ ਰਹੇ ਨੇ ਹੁਣ ਜਿਹੜੇ ਰੋਜ਼ੇ ਰੱਖਣ ਵਾਲਿਆਂ ਨੂੰ ਯੋਗਾ ਦੇ ਨਾਲ ਉਹਨਾਂ ਦਾ ਕੀ ਸੰਬੰਧ ਹੈ ਜੀ ਲੇਕਿਨ ਇਹ ਇੱਕ ਜ਼ਰੂਰੀ ਲੇਕਿਨ ਉਹਨਾਂ ਨੇ ਟਾਰਗੇਟ ਕਰ ਲਿਆ ਹਮਦ ਅਨਸਾਰੀ ਨੂੰ ਬਾਅਦ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਆਫਿਸ ਨੇ ਕਿਹਾ ਜੀ ਅੰਡਰ ਦਾ ਪ੍ਰੋਟੋਕਾਲ ਵਾਈਸ ਪ੍ਰੈਜ਼ੀਡੈਂਟ ਉੱਥੇ ਜਾਂਦਾ ਸੱਦਾ ਆਉਂਦਾ ਵੀ ਸਾਨੂੰ ਤਾਂ ਜਿਹੜੀ ਆਯੂਸ਼ ਮਿਨਿਸਟਰੀ ਹੈ ਜਿਹਨੇ ਸਾਰਾ ਡਰਾਮੇਬਾਜ਼ੀ ਕੀਤੀ ਹੈ ਉਹਨਾਂ ਨੇ ਸਾਨੂੰ ਸੱਦਾ ਹੀ ਨਹੀਂ ਦਿੱਤਾ ਯਾ ਨਾਨ ਦਾ ਤਾਂ ਹੁਣ ਉਹਨੇ ਮਾਫੀ ਮਾਫੀ ਨਹੀਂ ਉਹਨੇ ਵਿਦਡਰੋ ਕਰ ਲਈ ਪਰ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਆਲਰੇਡੀ ਸੋਸ਼ਲ ਨੈਟਵਰਕਿੰਗ ਤੇ ਟਵਿੱਟਰ ਤੇ ਇਹ ਹੋ ਗਿਆ ਉਹ ਹੋ ਗਿਆ ਹੁਣ ਜਿਹੜੀ ਗੱਲ ਉਹਨਾਂ ਨੇ ਆਲਰੇਡੀ ਪਲਾਨ ਕੀਤੀ ਹੋਈ ਸੀ ਔਰ ਇੱਕ ਸਟੈਪ ਅੱਗੇ ਲਿਆ ਕਿ ਉਹਨਾਂ ਨੇ Swami Atmapriyanand ਕੋਈ ਬਲੂਰ ਮੱਠ ਦਾ ਹੈਗਾ ਉਹਦੀ ਸਹਿਮਤੀ ਦੇ ਨਾਲ ਜਾਂ ਉਹਦੀ ਗਾਈਡੈਂਸ ਦੇ ਥੱਲੇ ਪੂਰਾ ਸਿਲੇਬਸ ਯੋਗਾ ਦਾ ਤਿਆਰ ਕੀਤਾ ਹੋਇਆ ਸੀ ਨੈਸ਼ਨਲ ਕਾਉਂਸਲ ਫੋਰ ਟੀਚਿੰਗ এডਿਕੇਸ਼ਨ ਨੇ ਔਰ ਨਾਲ ਹੀ ਜਿਹੜੀ ਸਮਰਤੀ ਰਾਨੀ ਆਪ 8ਵੀਂ ਫੇਲ ਹੈ ਉਹਨੇ ਡਿਕਲੇਅਰ ਕਰਤਾ ਹੈ ਕਿ ਜੀ ਅਸੀਂ ਇਹਨੂੰ ਜਿਹੜੀ ਸੈਂਟਰ ਗਵਰਨਮੈਂਟ ਦੇ ਥੱਲੇ CBSE ਦੇ 18000 ਸਕੂਲਾਂ 'ਚ ਇਹਨੂੰ ਲਾਗੂ ਕਰਾਂਗੇ ਔਰ ਜਿਹੜਾ 6ਵੀਂ ਤੋਂ 10ਵੀਂ ਤੱਕ ਦੀਆਂ ਕਲਾਸਿਸ ਨੇ ਉਹਦੇ ਸੈਂਟਰਲ ਸਕੂਲ ਕੇਂਦਰੀ ਵਿਦਿਆਲੇ ਇਹ ਸਾਰਿਆਂ ਦੇ ਵਿੱਚ ਇਹਨੂੰ ਐਜ਼ ਏ ਕੰਪਲਸਰੀ ਸਬਜੈਕਟ ਜੇ ਤਿੰਨ ਪੀਰੀਅਡ ਲੱਗਦੇ ਨੇ ਤਿੰਨਾਂ 'ਚੋਂ ਇੱਕ ਪੀਰੀਅਡ ਜਿਹੜਾ ਮਸਟ ਹੈ ਉਹ ਉਹਦੇ ਨਾਲ ਲੱਗੇਗਾ ਉਜ ਦੇ ਵਿੱਚ ਕੀ ਯੋਗਾ ਦਾ ਹੋਇਆ ਹੈ ਸੋ ਆਲਰੇਡੀ ਉਹਨਾਂ ਨੇ ਜਦੋਂ ਅਸੀਂ ਐਵੇਂ ਨਹੀਂ ਉਹਨੇ ਜਿਹੜਾ ਆਰਐਸਐਸ ਦਾ ਮੁਖੀ ਮੋਨ ਪਾਗਵਤ ਨੇ ਕਹਿਆ ਸੀ ਕਿ 2020 ਤੱਕ ਅਸੀਂ ਸਭ ਨੂੰ Hindu ਬਣਾ ਦੇਾਂਗੇ ਅਜੇ ਤਾਂ 2015 ਜੀ ਉਹਨੇ ਤਾਂ 2015 'ਚ Hindu ਬਣਾ ਦਿੱਤਾ ਸਾਰਿਆਂ ਨੂੰ ਕਿਉਂਕਿ ਜਦੋਂ ਤੁਸੀਂ ਯੋਗਾ ਦੇ ਨਾਂ ਥੱਲੇ ਉਹਨੂੰ ਤੁਸੀਂ ਇੱਕ ਨੈਸ਼ਨਲ ਔਰ ਇੰਡੀਆ ਔਰ ਯੋਗਾ ਨੂੰ ਸਿਨਾਨਿਮਸ ਬਣਾ ਦਿੱਤਾ ਔਰ ਯੋਗਾ ਦਾ ਸਬੰਧ ਤਾਂ ਸਿੱਧੇ ਤੌਰ ਤੇ ਯੋਗ ਮਤ ਹਿੰਦੂ ਮਤ ਦੇ ਨਾਲ ਤੇ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਬਾਕੀ ਸ਼ਗਲ ਤੋਂ ਕਿਦੇ ਬੋਧੀ ਹੈ ਕਿਦੇ ਕੇਸ ਨੇ ਕਿਦੇ ਕੋਈ ਹੋਰ ਟੋਪੀ ਰੱਖੀ ਉਹਦਾ ਤਾਂ ਮਤਲਬ ਹੀ ਨਹੀਂ ਹੈ ਜਦੋਂ ਤੁਸੀਂ ਕਿਸੇ ਦੇ ਵਿਸ਼ਵਾਸਾਂ ਨੂੰ ਤੋੜ ਦਿੰਦੇ ਹੋ ਕਿਸੇ ਨੂੰ ਮਜਬੂਰ ਕਰਦੇ ਹੋ ਕਿ ਜਿਹਦੇ ਤੇ ਉਹਦਾ ਆਕੀਦਾ ਨਹੀਂ ਹੈ ਜੀ ਉਹ ਉਸ ਨੂੰ ਮੰਨੇ ਸੋ ਜ਼ਾਹਰ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਏਜੰਡਾ ਹੈ ਉਹ ਲਾਗੂ ਕਰ ਦਿੱਤਾ ਹੈ ਇਹ ਤਾਂ 2020 ਤੋਂ ਪਹਿਲਾਂ ਪਹਿਲਾਂ ਇੱਕ ਸਾਲ ਦੇ ਵਿੱਚ ਵਿੱਚ ਜਿਹੜਾ ਇੱਕ ਵੱਡਾ ਹਿੱਸਾ ਉਹ ਹੁਣ ਯੋਗਾ ਦੇ ਨਾਂ ਥੱਲੇ ਔਰ ਸਾਡੇ ਕਈ ਜਿਹੜੇ ਕਮਲੇ ਵੀਰ ਭੈਣਾ ਨੇ ਉਹ ਵੀ ਹੁਣ ਅੱਗੋਂ ਤੁਰਨਗੇ ਕਈ ਕਹਿਣਗੇ ਜੀ ਵਾਕਿਆ ਹੀ ਉਹ ਦੇਖੋ ਜੀ ਉਹ ਤਾਂ ਬੈਨਕੀ ਮੂਨ ਕਰ ਰਿਆ ਸੀ ਕੁਛ ਤਾਂ ਹੋਣਾ ਉਹ ਸੁਖਵੀਰ ਬਾਦਰੋਂ ਕਹਿੰਦਾ ਜੀ ਦਿਸ ਇਜ਼ ਸਾਇੰਟੀਫਿਕਲੀ ਪ੍ਰੂਵਡ ਨਾਓ ਮੇਰੇ ਤੋਂ ਸਾਇੰਟੀਫਿਕਲੀ ਪ੍ਰੂਵਡ ਹੈ ਤੂੰ ਸੂਰਦੀ ਤਰ੍ਹਾਂ ਕੋ ਫਿੱਟਿਆ ਹੋਇਆ ਵੀ ਜੀ ਜੀ ਹੋਰ ਨਹੀਂ ਇੰਨੀ ਚੀਜ਼ਾਂ ਪ੍ਰੂਵਡ ਨੇ ਕਿ ਵੀ ਜਾ ਦੌੜਿਆ ਕਰ ਜਾ ਕੇ ਉੱਥੇ ਜੋਗਿੰਗ ਕਰਿਆ ਕਰ ਕੋ ਹੋਰ ਕਰਿਆ ਕਰ ਹੋਰ ਨਹੀਂ ਚੀਜ਼ਾਂ ਪ੍ਰੂਵਡ ਹੈਗੀਆਂ ਕਬੀ ਕੀ ਕਰਨੀ ਹੈ ਇਹ ਨਹੀਂ ਪ੍ਰੂਫਡ ਹੈ ਵੀ ਡਰਗ ਖਾਣੀ ਠੀਕ ਨਹੀਂ ਹੈਗੀ ਜੀ ਜੀ ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਆਂ ਕਿ ਹੁਣ ਜੇ ਕੋਈ ਲੋਨ ਆਵਾਜ਼ ਇਧਰ ਉਧਰ ਉਦੀ ਵਿਰੋਧਤਾ ਵੀ ਕਰਨੀ ਚਾਹੇ ਤੇ ਆਪਣਿਆਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਲੋਕ ਨੇ ਉਹ ਕਹਿਣਗੇ ਜੀ ਦੇਖੋ ਇਹ ਤਾਂ ਅਮਰੀਕਾ ਦੇ ਗੋਰੇ ਕਰਦੇ ਨੇ ਜੀ ਨਿਊਯਾਰਕ ਚ ਦੇਖੋ ਉਹਦੇ ਨਾਲ ਸੁਸ਼ਮਨ ਸਵਰਾਜ ਦੇ ਪਿੱਛੇ ਕਿੰਨੀ ਗੋਰਿਆਂ ਦੀ ਲਾਈਨ ਸੀ ਇੰਨੇ ਹਜ਼ਾਰ ਉੱਥੇ ਹੋਇਆ ਜੀ ਪੈਰਿਸ ਚ ਹੋਇਆ ਜੀ ਲੰਡਨ ਚ ਹੋਇਆ ਜੀ ਫਲਾ ਗੋਰੇ ਬੇਵਕੋ ਤੋੜੀ ਨੇ ਪਹਿਲਾਂ ਹੀ ਉਹ ਕੰਪਲੈਕਸ ਬੜਿਆ ਹੋਇਆ ਕਿ ਹਰ ਗੋਰਾ ਸਾਹਿਬ ਹੈ ਉਜਵੇਂ ਮੈਨੂੰ ਇੱਕ ਨੇ ਕਿਹਾ ਕਹਿੰਦੇ ਜੀ ਮੈਨੂੰ ਜਿਹੜੀ ਪਹਿਲੀ ਵਾਰ ਜਦੋਂ ਮੈਂ ਇੰਗਲੈਂਡ ਆਇਆ ਉਹਨੂੰ ਜਿਹੜੀ ਗੱਲ ਨੇ ਮੈਨੂੰ ਹੈਰਾਨ ਕੀਤਾ ਕਹਿੰਦੇ ਮੈਂ ਮੈਂ ਦੇਖਿਆ ਵੀ ਗੋਰਾ ਮੰਗ ਰਿਹਾ ਸੀ ਕਹਿੰਦਾ ਕਹਿੰਦਾ ਮੈਂ ਯਕੀਨ ਹੀ ਨਹੀਂ ਕਰ ਸਕਿਆ ਕਿ ਗੋਰਾ ਵੀ ਮੰਗਤਾ ਹੋ ਸਕਦਾ ਸੋਏ ਕਿਸੇ ਮੰਗਤਾ ਤਾਂ ਸਾਡੇ ਹੀ ਹੁੰਦੇ ਨੇ ਸੋ ਹੁਣ ਉਹ ਦਿਮਾਗ ਤਾਂ ਬੜਿਆ ਹੋਇਆ ਵੀ ਹਰ ਗੋਰਾ ਸਾਹਿਬ ਹੈ ਗੋਰੇ ਨੇ ਮੰਗਤਾ ਕਿੱਥੋਂ ਹੋਣਾ ਸੋ ਹੁਣ ਜਿਹੜੀ ਗੱਲ ਗੋਰਾ ਕਰੇ ਉਹ ਗਲਤ ਤਾਂ ਹੋ ਹੀ ਨਹੀਂ ਸਕਦੀ ਜੀ ਜੀ ਜਦੋਂ ਗੋਰਿਆਂ ਨੂੰ ਉਹਨਾਂ ਨੇ ਇਸ ਪਾਸੇ ਲਾ ਦਿੱਤਾ ਹੈ ਔਰ ਹਾਲਾਂਕਿ ਹੁਣ ਇਹ ਵੀ ਹੈ ਜੀ 21 ਜੂਨ ਯੂਨ ਨੇ ਇੰਟਰਨੈਸ਼ਨਲ ਯੋਗਾ ਡੇ ਡਿਕਲੇਅਰ ਕਰ ਦਿੱਤਾ ਮੈਂ ਕਿਤੇ ਪੜ ਰਿਹਾ ਸੀ ਕਿ ਉਹਨਾਂ ਦਾ ਕੈਲੰਡਰ 365 ਦਿਨਾਂ ਦਾ ਦੇਖ ਲਓ ਹਰ ਡੇ ਕੋਈ ਨਾ ਕੋਈ ਇੰਟਰਨੈਸ਼ਨਲ ਡਿਕਲੇਅਰ ਕੀਤਾ ਹੋਇਆ ਔਰ ਆਲਰੇਡੀ 21 ਜੂਨ ਦਾ ਦਿਨ ਹਾਈਡਰੋਨਿਕ ਡੇ ਦੇ ਤੌਰ ਤੇ ਯੂਨ ਨੇ ਡਿਕਲੇਅਰ ਕੀਤਾ ਹੋਇਆ ਸੀ ਇਹਨੇ ਜਦੋਂ ਆ ਕੇ ਲੋਬੀ ਕੀਤੀ ਜਾਂ ਉਹਨਾਂ ਨੂੰ ਵੀ ਲੱਗਾ ਵੀ ਐਵੇਂ ਹਾਰਮਲੈਸ ਜਿਹਾ ਕੰਮ ਹੈ ਉਹਨਾਂ ਨੇ ਵਿੱਚ ਇਹਨੂੰ ਵੀ ਘਸੌੜ ਦਿੱਤਾ ਸੋ ਇਹ ਵੀ ਜਿਸ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ ਕਿ ਜਿਵੇਂ UN ਨੇ ਮੰਨ ਲਿਆ ਕਿ ਬਈ ਹੁਣ ਹਰ ਕੋਈ ਜਿਹੜਾ ਪੁੱਠਾ ਹੀ ਲਟਕੇਗਾ ਜੀ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਕਮਰਸ਼ੀਅਲਾਈਜ਼ ਤਾਂ ਪਹਿਲਾਂ ਹੀ ਮਲਟੀ ਬਿਲੀਅਨ ਡਾਲਰ ਇੰਡਸਟਰੀ ਹੈ ਹੁਣ ਇਹਦੇ ਨਾਲ ਹੋਰ ਵੀ ਜਿਹੜਾ ਨਵੀਆਂ ਦੁਕਾਨਾਂ ਖੁੱਲਣ ਗਈਆਂ ਕਿ ਜੀ ਅਸੀਂ ਯੋਗਾ ਸਿਖਾ ਰਹੇ ਹਾਂ ਔਰ ਬਹੁਤ ਸਾਰੇ ਜਿਹੜੇ ਨੇ ਉਹ ਚੀਚਾ ਉੱਥੇ ਦਿੱਲੀ ਪਹੁੰਚੇ ਸੀ ਲੈ ਕੇ ਟ੍ਰੇਨਾਂ ਕਿ ਜੀ ਅਸੀਂ ਉੱਥੇ ਰਾਜਪਥ ਦੇ ਉੱਤੇ ਯੋਗਾ ਕਰਨਾ ਹੈ ਕਈਆਂ ਨੇ ਇਹ ਵੀ ਕਹਾਣੀਆਂ ਆਈਆਂ ਕਿ ਉਹਨਾਂ ਨੂੰ ਵਰਣ ਨਹੀਂ ਦਿੱਤਾ ਹੋ ਫਿਰ ਕਈ ਉਹਨੂੰ ਕਰਸ ਕਰਦੇ ਗਏ ਕਿ ਜੀ ਇਹ ਤਾਂ ਇਹ ਵੀ ਅਮੀਰ ਆਦਮੀਆਂ ਦਾ ਹੋ ਗਿਆ ਜਾਂ ਸਿਲੈਕਟਿਡ ਫਿਊ ਦਾ ਹੋ ਗਿਆ ਉਹਨਾਂ ਨੇ ਕਿਹਾ ਜੀ ਲਿਆਓ ਤੁਹਾਡੇ ਇਨਵੀਟੇਸ਼ਨ ਕਾਰਡ ਕਿੱਥੇ ਨੇ ਸੋ ਚਲੋ ਇਹ ਤਾਂ ਉਹਨਾਂ ਦੇ ਐਡਮਿਨਿਸਟ੍ਰੇਟਿਵ ਫਲੌਪ ਨੇ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਹਾਮਿਦ ਅंसारी ਨੂੰ ਜਿਹੜੀ ਆਵਾਜ਼ ਵੀ ਇਸ ਵੇਲੇ ਇਹਨਾਂ ਦੇ ਵਿਰੁੱਧ ਖੜੀ ਹੋ ਸਕਦੀ ਔਰ ਈਵਨ ਮੈਂ ਦੇਖ ਰਿਹਾ ਸੀ ਕਿ ਟ੍ਰਿਬਿਊਨ ਜਿਹੜਾ ਕਿ ਅਦਰਵਾਈਜ਼ ਉਹਨੇ ਹਮੇਸ਼ਾ ਹਿੰਦੂਤਵਾਦੀ এজেন্ডੇ ਨੂੰ ਵਿੰਗੇਟਡ ਢੰਗ ਨਾਲ ਸਪੋਰਟ ਕੀਤਾ ਹੁੰਦਾ ਹੈ ਉਹਨੇ ਵੀ ਇਹ ਕਿਹਾ ਕਿ ਵੀ ਇਹ ਕਿਵੇਂ ਪ੍ਰਟੈਂਡ ਸੀ ਯੋਗਾ ਦਾ ਤਾਂ ਹਿੰਦੂਤਵਾਦਾ ਇੱਕ ਪੈਰਾਗ੍ਰਾਫ ਉਹਦਾ ਜਿਹੜਾ ਮੈਂ ਪਹਿਲਾਂ ਪੜ੍ਹਨਾ ਚਾਹੁੰਦਾ ਹੈ ਜੀ ਲੀਵ ਅंसारी ਏ ਲੋਨ ਇਹ ਉਹਨੇ ਹੈਡਲਾਈਨ ਦਿੱਤੀ ਵੀ ਅंसारी ਨੂੰ ਕੱਲਿਆਂ ਛੱਡ ਦਿਓ ਤੇ ਇਹ ਕਹਿੰਦਾ ਨਾਟ ਵਿਦਸਟੈਂਡਿੰਗ ਦਾ ਮੋਦੀ ਗਵਰਨਮੈਂਟਸ ਪ੍ਰਟੈਂਸ ਐਂਡ ਪ੍ਰੋਟੈਸਟੇਸ਼ਨ that there was nothing political about the international yoga day celebrations sections of the sang parivar determinedly saw it as a hindutva project unne keha ji paavein eh jo marzi sarkar ke ji de vich koi siyasi gal nahi si aur oh assi ta international yoga day health aur uh, manavta di jehdi hai oh uh, adhyatmik uh, pragati de layi kita par unne keha ji bada spasht hai rss nu no bhi bada clear hai ਕਿ ਇਹ ਜਿਹੜਾ ਹਿੰਦੂ ਤਵਾ ਪ੍ਰੋਜੈਕਟ ਹੈ ਇਹ ਨੀਡਲੈਸ ਐਂਡ ਅਗਲੀ ਕੰਟਰੋਵਰਸੀ ਹੈਜ਼ ਬੀਨ ਕਿੱਕਡ ਅਪ ਬਾਈ ਰਾਈਟ ਵਿੰਗ ਸਾਈਬਰ ਵਾਰੀਅਰਸ ਓਵਰ ਦਾ ਨੋਨ ਪ੍ਰੈਜ਼ੈਂਸ ਆਫ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਨੇ ਕਿਹਾ ਜੀ ਬੇ ਜ਼ਰੂਰੀ ਔਰ ਬੜੀ ਗੰਦੀ ਜਿਹੜੀ ਹੈ ਕੰਟਰੋਵਰਸੀ ਜਿਹੜੀ ਵਿਵਾਦ ਹੈ ਉਹ ਖੜਾ ਕਰ ਦਿੱਤਾ ਗਿਆ ਜਿਹੜੇ ਉਹਨਾਂ ਦੇ ਰਾਈਟ ਵਿੰਗ ਹਿੰਦੂ ਤਵੀਆਂ ਨੇ ਸਾਈਬਰ ਵਾਰੀਅਰਸ ਜਿਹੜੇ ਯੋਧੇ ਬਿਠਾਏ ਹੋਏ ਨੇ ਇੰਟਰਨੈਟ ਦੇ ਉੱਤੇ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਜੀ ਉੱਥੇ ਵਾਈਸ ਪ੍ਰੈਜ਼ੀਡੈਂਟ ਹਾਮਿਦ ਅंसारी ਨਹੀਂ ਆਇਆ ਜੀ ਔਰ ਐਨ ਆਰ ਐਸ ਐ ਸੀਨੀਅਰ ਫੰਕਸ਼ਨਰੀ ਨਾਉ ਔਨ ਡੈਪੂਟੇਸ਼ਨ ਟੂ ਦਾ ਬੀ ਜੀ ਪੀ ਹੈਜ਼ ਹੀਵਡ ਇਨ ਵਿਦ ਸਜੈਸਟਿਵ ਟਵੀਟਸ ਅਬਾਊਟ ਮਿਸਟਰ ਅंसारीਜ਼ ਨਾਨ ਪਾਰਟਿਸਪੇਸ਼ਨ ਦਾ ਇੰਪਲੀਕੇਸ਼ਨ ਇਜ਼ ਆਲ ਟੂ ਓਬਵੀਅਸ ਆਲ ਟੂ ਨੈਰੋ ਮਾਈਂਡਡਡ ਐਂਡ ਆਲ ਟੂ ਡਿਸਕਵਾਇਟਿੰਗ ਟੂ ਬੀ ਬਰਸ਼ਡ ਆਫ ਐਜ਼ ਅ ਫੈਮਿਲੀਅਰ ਸੋਸ਼ਲ ਮੀਡੀਆ ਟ੍ਰਾਈਵੈਲਿਟੀ ਜੇ ਵੀ ਇਹ ਐਵੇਂ ਨਹੀਂ ਹੈਗਾ ਜੇ ਸੋਸ਼ਲ ਮੀਡੀਆ ਤੇ ਕਿਸੇ ਨੇ ਐਵੇਂ ਗਲਤੀ ਕਰ ਲਈ ਜਾਂ ਦੂਜੇ ਉਹਨੇ ਕਿਹਾ ਵੀ ਵੈਲ ਕੈਲਕੂਲੇਟਡ ਹੈ ਔਰ ਜਿਵੇਂ ਇਹਨੇ ਓਪਨਿੰਗ ਚੀਕੇ ਕਿ ਆਰਐਸਐਸ ਨੇ ਆਪਣੇ ਇਸ ਹਿੰਦੂਤਵਾ ਪ੍ਰੋਜੈਕਟ ਨੂੰ ਵੀ ਜਿਹੜਾ ਹੈ ਬੜਾ ਸਕਸੈਸਫੁਲੀ ਵਿੱਚ ਹੈ ਜੀ ਸੋ ਇਹੋ ਹਮਾਰਾ ਜੀਵਨ ਤੂ ਸਾਹਿਬ ਸੱਚੇ ਦੇਖ ਕਿ ਵੀ ਕਿੱਥੇ ਗਾ ਕੇ ਅਸੀਂ ਖਲੋ ਗਏ ਜੀ ਰਣ ਸਾਹਿਬ ਬਿਲਕੁਲ ਇਸ ਤਰ੍ਹਾਂ ਲੈਨੇ ਆ ਬ੍ਰੇਕ ਵਿਊਅਰਸ ਵਿਚਾਰਾਂ ਨਾਲ ਸਿਲਸਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਜਿਹੇ ਵਕਫੇ ਬਾਅਦ